ਮੈਂ ਗਾਣੇ ਬਾਰੇ ਇੱਕ ਦੋ ਗੱਲਾਂ ਕਰਨੀ ਸੀ ਤੁਹਾਡੇ ਨਾਲ ਕਿ ਗਾਣਾ ਮੈਂ ਸਾਂਭ ਹੀ ਬੈਠਾ ਸੀਗਾ, ਅਸੀਂ ਬਣਾਇਆ ਸੀਗਾ ਅਪ੍ਰੈਲ 2022 ਦੇ ਵਿੱਚ ਨਾ, ਅਤੇ ਬਾਈ ਨੇ ਜੋ ਮੈਂ ਬਾਈ ਨੂੰ ਗਾਣਾ ਭੇਜਿਆ ਸੀਗਾ ਬਣਾ ਕੇ, ਮੈਨੂੰ ਪਤਾ ਨਹੀਂ ਸੀਗਾ ਜੋ ਬਾਈ ਨੇ ਗਾਣਾ ਇਹ ਕਰਨਾ ਸੀਗਾ ਕਿ ਨਹੀਂ, ਬਟ ਉਹਨੇ ਮੈਨੂੰ 3-4 ਦਿਨ ਬਾਅਦ 'ਚ ਵੋਕਲਾਂ ਭੇਜਤੀਆਂ ਗਾਣੇ 'ਤੇ ਹੈ ਨਾ, ਅਤੇ ਤੁਹਾਨੂੰ ਪਤਾ ਬਾਈ ਦਾ ਜਦੋਂ ਵੀ ਭੇਜਦਾ ਵੋਇਸ ਨੋਟ ਭੇਜਦਾ ਹੁੰਦਾ ਸੀਗਾ, ਅੱਗ ਹੀ ਹੁੰਦੀ ਸੀ ਜਮਾਂ, ਅਤੇ ਬਹੁਤ ਪਲੈਨਿੰਗ ਕੀਤੀ ਸੀ ਅਸੀਂ ਗਾਣੇ ਬਾਰੇ, ਬਹੁਤ ਕੁਛ ਕਰਨਾ ਸੀ ਬਾਈ ਨੇ ਗਾਣੇ ਦਾ, ਵੀਡੀਓ ਦੀ ਕੰਸੈਪਟ ਵੀ ਸੋਚੀ ਸੀਗੀ, ਓਬਵੀਅਸਲੀ ਉਹ ਕੰਸੈਪਟ ਤਾਂ ਅਸੀਂ ਕਰ ਨਹੀਂ ਸਕੇ ਬਾਈ ਤੋਂ ਬਗੈਰ ਹੈ ਨਾ, ਬਟ ਹੋਪਫੁਲੀ ਤੁਹਾਨੂੰ ਜਿਹੜਾ ਵੀਡੀਓ ਦਾ ਕੰਸੈਪਟ ਅਸੀਂ ਲੈ ਕੇ ਆਏ ਹਾਂ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇ ਹੈ ਨਾ, ਟੀਮ ਨੇ ਪੂਰਾ ਜ਼ੋਰ ਲਾਇਆ ਸੀਗਾ ਆਹ ਚੀਜ਼ ਦੇ ਵਿੱਚ ਕਿ ਅਸੀਂ CGI ਨਾ ਵਰਤੀਏ, ਬਾਈ ਦੀ ਸ਼ਕਲ ਨਾ ਪਾਈਏ ਕਿਸੇ ਹੋਰ ਬਾਡੀ ਡਬਲ 'ਤੇ ਹੈ ਨਾ, ਉਹ ਚੀਜ਼ਾਂ ਵੀ ਬਹੁਤ ਘੈਂਟ ਹੁੰਦੀਆਂ, ਜਿਹੜੇ ਆਪਣੇ ਭਰਾਵਾਂ ਨੇ ਬਾਕੀ ਗਾਣੇ ਬਣਾਏ ਬਹੁਤ ਸੋਹਣੇ ਬਣਾਏ ਹੈ ਨਾ, ਪਰ ਮੇਰੇ ਇੱਕ ਮਨ 'ਚ ਚੀਜ਼ ਸੀਗੀ ਕਿ ਮੈਂ ਬਾਈ ਨੂੰ ਆਹ ਚੀਜ਼ ਨਾ ਕਰਾਂ, ਮੈਂ ਹੈ ਨਾ ਕੋਸ਼ਿਸ਼ ਕਰਾਂ ਕਿ ਬਾਈ ਦੀ ਸ਼ਕਲ ਆਪਾਂ ਜਿਵੇਂ ਪੁਰਾਣੀਆਂ ਕਲਿੱਪਾਂ 'ਚ ਪਾ ਸਕਦੇ ਹਾਂ, ਪਰ ਇੱਕ ਪਰਛਾਵਾਂ ਦਿਖਾਇਆ ਆਪਾਂ ਨਾ, ਅਤੇ ਤੁਸੀਂ ਉਹ ਆਈਡੀਆ ਅਤੇ ਕੰਸੈਪਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਸਾਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਵਧੀਆ ਲੱਗਣਾ ਕਿ ਨਹੀਂ, ਪਰ ਸਾਨੂੰ ਵਧੀਆ ਲੱਗਿਆ ਕਿ ਮੈਨੂੰ ਸੀਗਾ ਕਿ ਮੈਂ ਆਪਦੀ ਮਨ ਦੀ ਤਸੱਲੀ ਨਾਲ ਕੱਢਣਾ, ਮੈਂ ਖੁਸ਼ ਸੀਗਾ, ਅਤੇ ਬਾਕੀ ਤੁਸੀਂ ਮੈਨੂੰ ਸਪੋਰਟ ਕੀਤੀ ਨਾ ਚੀਜ਼ ਦੇ ਵਿੱਚ, ਅਤੇ ਵੀਡੀਓ ਵਾਲੇ ਸਾਹਿਬ ਵੀ ਫ੍ਰੀ ਜੋਤੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਆਹ ਵੀਡੀਓ ਪੂਰੀ ਉਮਰ ਆਹੀ ਵੀਡੀਓ ਦੇਖਣੀ ਆ ਕਿ ਮੈਨੂੰ ਬਹੁਤ ਵਧੀਆ ਲੱਗੀ ਹੈ ਨਾ, ਇਹ ਨਹੀਂ ਕਿ ਮੇਰੀ ਵੀਡੀਓ ਆ, ਬਟ ਜਿਵੇਂ ਆਪਾਂ ਦਿਮਾਗ ਵਰਤ ਕੇ ਵੀਡੀਓ ਬਣਾਈ ਹੈ ਨਾ,